ਜੀ ਆਇਆਂ ਨੂੰ ਪਿਆਰੇ ਦਰਸ਼ਕੋ ਇੱਕ ਹੋਰ ਕਿਸ਼ਤ ਵਿੱਚ ਜਿਨ੍ਹਾਂ ਨੂੰ ਅਸੀਂ ਬੁਝਾਰਤਾਂ ਕਹਿੰਨੇ ਆਇਆ ਇੱਕ ਨਵਾਂ ਦੌਰ ਸ਼ੁਰੂ ਕੀਤਾ ਹੈ ਤਾਂ ਕਿ ਸਾਡੇ ਸਮਾਜ ਵਿੱਚ ਦਿਮਾਗੀ ਕਸਰਤ ਵਾਲੇ ਪਾਸੇ ਰੁਝਾਨ ਵਧੇ ਇਹਦੇ ਨਾਲ ਦਲੀਲ ਨਾਲ ਸੋਚਣ ਦੀ ਤਰਕ ਨਾਲ ਸੋਚਣ ਦੀ ਇੱਕ ਆਦਤ ਬਣਦੀ ਹੈ ਅਤੇ ਛੋਟੇ-ਮੋਟੇ ਸਵਾਲ ਜਿਹੜੇ ਨੇ ਇਹਦੇ ਨਾਲ ਦਿਮਾਗ ਦੀ ਕਸਰਤ ਹੁੰਦੀ ਹੈ ਇਹਦੇ ਨਾਲ ਜਿਵੇਂ ਸਾਡਾ ਸਰੀਰਕ ਵਰਜੇ ਵਰਜਿਸ ਕਰਕੇ ਸ਼ਰੀਰ ਤੰਦਰੁਸਤ ਰਹਿੰਦਾ ਹੈ ਇਸੇ ਤਰ੍ਹਾਂ ਦਿਮਾਗ ਤੰਦਰੁਸਤ ਰਹਿੰਦਾ ਹੈ ਸੋ WhatsApp ਤੇ ਇੱਕ ਸਵਾਲ ਪਾਇਆ ਸੀਗਾ ਕਿ ਮੈਂ ਆਪਣੇ ਸਾਥੀਆਂ ਨਾਲ ਕਿੰਨੇ ਸਮੇਂ ਬਾਅਦ ਰਲਿਆ ਸੋ ਇਹ ਨਾਰਮਲ ਸਵਾਲ ਨੇ ਜਿਹੜੇ ਕਿ ਅਸੀਂ ਜਿਹਨੂੰ ਕਹਿੰਦੇ ਦੂਰੀ ਬਰਾਬਰ ਸਮਾਂ ਗੁਣਾ ਗਤੀ ਇੰਗਲਿਸ਼ ਵਿੱਚ ਕਹਿੰਦੇ ਨੇ ਅਸੀਂ ਡਿਸਟੈਂਸ ਇਕੁਅਲ ਟੂ ਸਪੀਡ ਇੰਟੂ ਟਾਈਮ ਸੋ ਦੇਖਿਓ ਸਵਾਲ ਕੀ ਸੀਗਾ ਬੜਾ ਰੋਚਕ ਸਵਾਲ ਹੈ ਤੇ ਬੜਾ ਆਸਾਨ ਹੈ ਜੇ ਤੁਸੀਂ ਥੋੜਾ ਬਹੁਤ ਅਭਿਆਸ ਕਰਨ ਲੱਗ ਜਾਓਗੇ ਤੇ ਬੜੀ ਛੇਤੀ ਹੀ ਇਹੋ ਜਿਹੇ ਸਵਾਲ ਤੁਸੀਂ ਜ਼ੁਬਾਨੀ ਹੱਲ ਕਰ ਸਕਣ ਯੋਗ ਹੋ ਜਾਓਗੇ ਸਵਾਲ ਇਸ ਤਰ੍ਹਾਂ ਸੀ ਅਸੀਂ ਰਲ ਮਿਲ ਕੇ ਅਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਮੈਂ ਆਪਣੇ ਸਾਥੀਆਂ ਨੂੰ ਕਿਹਾ ਤੁਸੀਂ ਚਲੋ ਮੈਂ ਖੇਤੀ ਹੀ ਤੁਹਾਡੇ ਨਾਲ ਰਲਦਾ ਤੁਸੀਂ ਗੱਡੀ 60 ਕਿਲੋਮੀਟਰ ਦੀ ਸਮਾਨ ਗਤੀ ਨਾਲ ਚਲਾਇਓ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸਮਾਨ ਗਤੀ ਨਾਲ ਚਲਾਇਓ ਜੇ ਮੈਂ ਉਹਨਾਂ ਦੇ ਤੁਰਨ ਤੋਂ 15 ਮਿੰਟ ਮਗਰੋਂ ਤੁਰਿਆ ਹੋਵਾਂ ਅਤੇ ਮੈਂ ਗੱਡੀ 70 ਕਿਲੋਮੀਟਰ ਦੀ ਸਮਾਨ ਗਤੀ ਨਾਲ ਚਲਾਈ ਹੋਵੇ ਤੇ ਬੁੱਝੋ ਮੈਂ ਆਪਣੇ ਸਾਥੀਆਂ ਨਾਲ ਕਿੰਨੇ ਸਮੇਂ ਬਾਅਦ ਰਲਿਆ ਸੋ ਬੜਾ ਸਧਾਰਨ ਜਿਹਾ ਸਵਾਲ ਹੈਗਾ ਹਓ ਦੇਖਿਏ ਇਹਨੂੰ ਕਿਵੇਂ ਹੱਲ ਕਰਨਾ ਹੈ ਕੁਝ ਜਵਾਬ ਠੀਕ ਆਏ ਪਰ ਬਹੁਤੇ ਜਵਾਬ ਗਲਤ ਵੀ ਆਏ ਤੇ ਚਲੋ ਅੱਛੀ ਗੱਲ ਹੈ ਪਰ ਸਵਾਲ ਜਿਹੜਾ ਹੈ ਸਿਰਫ 7ਵੀਂ 8ਵੀਂ ਜਮਾਤ ਦੇ ਇਹ ਪੱਧਰ ਦਾ ਸਵਾਲ ਹੈਗਾ ਇਸ ਤੋਂ ਉੱਪਰਲਾ ਸਵਾਲ ਇਹ ਨਹੀਂ ਹੈਗਾ ਮੰਨ ਲਓ ਮੈਂ ਆਪਣੇ ਸਾਥੀਆਂ ਨਾਲ 30 ਸਮੇਂ ਬਾਅਦ ਰਲਿਆ 3 ਘੰਟੇ ਬਾਅਦ ਲਿਆ ਮੰਨ ਲੋ ਤੇ ਜਿਹੜਾ ਫਾਰਮੂਲਾ ਸੂਤਰ ਯੂਜ਼ ਹੋਏਗਾ ਉਹ ਹੈਗਾ ਦੂਰੀ ਬਰਾਬਰ ਸਮਾਂ ਗੁਣਾ ਗਤੀ ਅਰਥਾਤ ਡਿਸਟੈਂਸ ਬਰਾਬਰ ਟਾਈਮ ਇੰਟੂ ਸਪੀਡ ਤੇ ਇੱਕ ਗੱਲ ਹੋਰ ਖਿਆਲ ਰੱਖਣ ਵਾਲੀ ਹੈ ਅਸੀਂ ਘੰਟੇ ਵੀ ਵਰਤੇ ਨੇ ਇੱਥੇ ਤੇ ਅਤੇ ਮਿੰਟ ਵੀ ਵਰਤੇ ਨੇ ਜਿਹੜੀ ਸਪੀਡ ਹੈਗੀ ਹੈ ਉਹ 60 ਕਿਲੋਮੀਟਰ ਪ੍ਰਤੀ ਘੰਟਾ ਹੈਗੀ ਹੈ ਤੇ ਦੂਜੀ ਸਪੀਡ ਜਿਹੜੀ ਹੈ ਗਤੀ ਹੈ ਉਹ 70 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਵਿੱਚ ਮੈਂ ਕਹਿ ਗਿਆ 15 ਮਿੰਟ ਬਾਅਦ ਤੁਰਦਾ ਸੋ ਉਥੇ ਮਿੰਟ ਹੈਗੇ ਨੇ ਉਥੇ ਘੰਟੇ ਨੇ ਜਾਂ ਤੇ ਘੰਟਿਆਂ ਨੂੰ ਮਿੰਟਾਂ ਵਿੱਚ ਤਬਦੀਲ ਕਰਨਾ ਹੈ ਨਹੀਂ ਤੇ ਮਿੰਟ ਨੂੰ ਘੰਟਿਆਂ ਵਿੱਚ ਤਬਦੀਲ ਕਰਨਾ ਹੈ ਸੋ ਅਸੀਂ 15 ਮਿੰਟ ਨੂੰ ਘੰਟੇ 'ਚ ਤਬਦੀਲ ਕਰਾਂਗੇ ਸੋ ਅਸੀਂ ਜਾਣਦੇ ਹਾਂ ਕਿ 60 ਮਿੰਟ ਵਿੱਚ 60 ਮਿੰਟ ਦਾ ਹੀ ਘੰਟਾ ਬਣਦਾ ਹੈ ਸੋ 15 ਮਿੰਟ ਦਾ ਕੀ ਮਤਲਬ ਹੋਇਆ 15/60 ਘੰਟੇ ਅਰਥਾਤ 0.25 ਘੰਟੇ 0.25 ਆਵਰਸ ਜਿਹਨੂੰ ਅਸੀਂ ਚੱਪਾ ਕਹਿੰਦੇ ਆ ਕਿ ਜੇ 0.25 ਨੂੰ ਅਸੀਂ ਦਸ਼ਮਲ ਵਟਾ ਦਈਏ ਤੇ 25/100 ਹੋ ਜਾਏਗਾ ਸੋ 25 ਔਕੇ 100 1/4 ਇਹਨੂੰ 1/4 ਵੀ ਲਿਖ ਸਕਦੇ ਆ 0.25 ਵੀ ਲਿਖ ਸਕਦੇ ਆ ਸੋ 15 ਮਿੰਟ ਬਰਾਬਰ ਹੋ ਗਿਆ 0.25 ਘੰਟੇ ਹੁਣ ਅਗਲੀ ਗੱਲ ਜਿਹੜੀ ਇੱਥੇ ਜਿਹੜੀ ਧਿਆਨ ਰੱਖਣ ਵਾਲੀ ਹੈ ਵੇ ਕਿ ਮੈਂ ਉਹਨਾਂ ਨਾਲ ਰਲਿਆ ਤੇ ਇਹਦਾ ਮਤਲਬ ਕਿ ਜਿੰਨੀ ਦੂਰੀ ਉਹਨਾਂ ਨੇ ਤੈਅ ਕੀਤੀ ਉੰਨੀ ਹੀ ਦੂਰੀ ਮੈਂ ਤੈਅ ਕੀਤੀ ਪਰ ਸਮਾਂ ਵੱਖਰਾ ਵੱਖਰਾ ਲਿਆ ਮੈਂ 30 ਘੰਟੇ ਲਈ ਸਵਰ ਕੀਤਾ ਕਿਉਂਕਿ ਮੈਂ 15 ਮਿੰਟ ਤੋਂ ਬਾਅਦ ਤੁਰਿਆ ਤੇ ਮੈਂ ਕਿਹਾ 30 ਘੰਟੇ ਬਾਅਦ ਰਲਿਆ ਤੇ ਮੈਂ T ਘੰਟੇ ਦਾ ਸਫ਼ਰ T ਘੰਟੇ ਲਈ ਸਫ਼ਰ ਕੀਤਾ ਪਰ ਮੇਰੇ ਸਾਥੀ ਕਿਉਂਕਿ 15 ਮਿੰਟ ਪਹਿਲਾਂ ਤੁਰਪੇ ਸੀਗੇ ਤੇ 15 ਮਿੰਟ ਦਾ ਮਤਲਬ ਹੈਗਾ 0.25 ਘੰਟੇ ਤੇ ਮੇਰੇ ਸਾਥੀਆਂ ਨੇ T ਜਮਾ 0.25 ਘੰਟੇ ਲਈ ਸਫ਼ਰ ਕੀਤਾ ਪਰ ਦੂਰੀ ਅਸੀਂ ਦੋਨਾਂ ਨੇ ਇੱਕੋ ਹੀ ਤੈਅ ਕੀਤੀ ਐਮ ਐ ਇਹਨੂੰ ਲਾਲ ਕਰ ਦਿੱਤਾ ਇਟੈਲਿਕਸ ਵਿੱਚ ਇਹ ਗੱਲ ਧਿਆਨ ਰੱਖਣ ਵਾਲੀ ਹੈ ਇਹੀ ਗੱਲ ਇੱਥੇ ਵਰਤੀ ਜਾਏਗੀ ਦੋਨਾਂ ਨੇ ਦੂਰੀ ਇੱਕੋ ਤੈਅ ਕੀਤੀ ਅਰਥਾਤ ਜਿੰਨੀ ਦੂਰੀ ਉਹਨਾਂ ਨੇ ਤੈਅ ਕੀਤੀ 19 ਦੂਰੀ ਮੈਂ ਤੈਅ ਕੀਤੀ ਇਹਨਾਂ ਦੋਨੋਂ ਨੂੰ ਅਸੀਂ ਬਰਾਬਰ ਕਰ ਦਵਾਂਗੇ ਸੋ ਜੋ ਮੈਂ ਦੂਰੀ ਤੈਅ ਕੀਤੀ T ਸਮੇਂ ਲਈ ਉਹ ਸੀ 70 T ਕਿਉਂਕਿ ਮੈਂ 70 ਦੀ ਸਪੀਡ ਦੇ ਗਿਆ ਮੇਰੇ ਸਾਥੀਆਂ ਨੇ ਦੂਰੀ ਤੈਅ ਕੀਤੀ T 0.25 ਘੰਟੇ ਲਈ ਤੇ ਉਹਨਾਂ ਨੇ ਉਹਨਾਂ ਨੇ ਸਪੀਡ ਲਈ 60 ਸੋ 60 T 0.25 ਸੋ ਇਹ ਹੋ ਗਿਆ 70T ਬ੍ਰੈਕਟ ਖੋਲਿਆ 60T 60T ਤੇ 60 0.25 ਤੇ 60 0.25 ਲੈ ਕਰਦੇ 15 ਆ ਜਾਂਦਾ ਹੈ ਤੇ 60 ਨੂੰ ਦੂਜੇ ਪਾਸੇ ਲੈ ਗਏ 70t 60t 15 70 60 10 10t 5 ਅਰਥਾਤ t 1.5 ਘੰਟੇ ਅਰਥਾਤ ਮੈਂ ਆਪਣੇ ਸਾਥੀਆਂ ਨਾਲ ਡੇਢ ਘੰਟੇ ਮਗਰੋਂ ਰਲਾਂਗਾ ਸੋ ਇਹ ਸਵਾਲ ਇਸ ਤਰ੍ਹਾਂ ਕਰਨੇ ਨੇ ਬੜੇ ਸੌਖੇ ਨੇ ਗੱਲ ਨੂੰ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਹੈ ਸਮਝਣਾ ਹੈ ਤੇ ਫਿਰ ਦੇਖਣਾ ਹੈ ਇਹ ਚ ਕਿਹੜਾ ਜਿਹੜਾ ਹੈ ਸੂਤਰ ਜਾਂ ਕਿਹੜਾ ਸਿਧਾਂਤ ਜਿਹੜਾ ਹੈ ਉਹ ਲੱਗੇਗਾ ਸੋ ਆਸ ਕਰਦੇ ਹਾਂ ਤੁਸੀਂ ਇਸ ਵੀਡੀਓ ਤੋਂ ਇਸ ਗੱਲ ਨੂੰ ਸਮਝਿਆ ਹੋਵੇਗਾ ਇਸ ਗੱਲ ਦਾ ਇਹਨੂੰ ਇੰਜੋਏ ਕੀਤਾ ਹੋਵੇਗਾ ਆਨੰਦ ਮਾਣਿਆ ਹੋਵੇਗਾ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਆਪਣੇ ਹੋਰ ਸਾਥੀਆਂ ਮਿੱਤਰਾਂ ਦੇ ਨਾਲ ਸਾਂਝਾ ਕਰੋ ਅਤੇ ਇਸ ਚੈਨਲ ਚਟਸਾਲ ਨੂੰ ਹੋਰ ਐਜੂਕੇਸ਼ਨ ਬੁਝਾਰਤਾਂ ਪਜ਼ਲਸ ਅਤੇ ਗੁਰਬਾਣੀ ਨਾਲ ਜੁੜੇ ਹੋਏ ਵੀਡੀਓ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਜੇ ਕੀਤਾ ਕੰਮ ਪਸੰਦ ਆਉਂਦਾ ਤੇ ਇਹਨੂੰ ਲਾਈਕ ਕਰਨਾ ਵੀ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ